ਸਰਪੰਚ ਪੰਥਦੀਪ ਸਿੰਘ ਛੀਨਾ ਦਾ ਰਾਸ਼ਟਰੀ ਪੁਰਸਕਾਰ ਲੈ ਕੇ ਪਿੰਡ ਪੁੱਜਣ ਤੇ ਨਿੱਘਾ ਸਵਾਗਤ। ਬੀਤੀਆਂ ਗ੍ਰਾਮ ਪੰਚਾਇਤ ਚੋਣਾਂ ਵਿੱਚ ਸੂਬੇ ਭਰ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਅਗਾਂਹਵਧੂ ਸੋਚ ਦੇ ਧਾਰਨੀ ਬਣੇ। ਸਰਪੰਚ ਪੰਥਦੀਪ ਸਿੰਘ ਛੀਨਾ ਦਾ ਗ੍ਰਾਮ ਪੰਚਾਇਤ ਦੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਕੀਤੇ ਵਿਕਾਸ ਕਾਰਜਾਂ ਲਈ ਬੀਤੇ 24 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ਵਿਖੇ ਰਾਸ਼ਟਰੀ ਪੰਚਾਇਤੀ ਦਿਹਾੜੇ ਦੀਨ ਦਿਆਲ ਉਪਾਧਿਆਏ ਪੁਰਸਕਾਰ 2016-17 ਭਾਰਤ ਦੇ ਪੰਚਾਇਤ ਕੈਬਨਿਟ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਕੋਲੋਂ ਪ੍ਰਾਪਤ ਕਰਕੇ ਅੱਜ ਆਪਣੇ ਨਿੱਜੀ ਪਿੰਡ ਪੁੱਜੇ। ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਨੇ ਉਹਨਾਂ ਦਾ ਫੁੱਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਮੈਂ ਪੋਲੀਟੀਕਲ ਲਾਈਨ ਦੇ ਵਿੱਚ ਤਾਂ ਨਹੀਂ ਕਹਾਂਗਾ, ਮੈਂ ਪਿੰਡ ਦੀ ਸੇਵਾ ਕਰਨ ਦੇ ਲਈ ਆਇਆ ਸੀ, ਕਿਉਂਕਿ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ। ਮੈਂ 2013 ਦੇ ਵਿੱਚ ਸਰਪੰਚ ਬਣਿਆ ਸੀ, ਉਸ ਟਾਈਮ ਮੇਰੀ ਕੁਆਲੀਫਿਕੇਸ਼ਨ ਜਿਹੜੀ ਉਹ BSc ਇਕਨੋਮਿਕਸ ਸੀ। ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਜਿਹੜੀ ਉਹ ਕੰਟੀਨਿਊ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮਾਸਟਰਸ ਆਫ ਬਿਜ਼ਨਸ ਇਕਨੋਮਿਕਸ। 2013 ਦੇ ਵਿੱਚ ਆਈ ਐਮ ਅ ਜੰਗੇ ਸਰਪੰਚ ਆਫ ਇੰਡੀਆ ਐਂਡ ਇਨ 2014 ਆਈ ਐਮ ਅ ਜੰਗੇ ਸਰਪੰਚ ਆਫ ਪੰਜਾਬ ਸਟੇਟ। ਸਾਡੇ ਪਿੰਡ ਨੂੰ ਅੱਜ ਜਿਹੜਾ ਮਾਣ ਹਾਸਲ ਹੋਇਆ ਨੈਸ਼ਨਲ ਅਵਾਰਡ, ਮੈਂ ਕਹਿ ਸਕਦਾ ਕਿ ਇਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਹੈ, ਮੇਰੇ ਪਿੰਡ ਵਾਸੀਆਂ ਦਾ ਸਹਿਯੋਗ ਹੈ, ਸਾਡੀ ਪੰਚਾਇਤ ਵੱਲੋਂ ਜਿਹੜੇ ਕੰਮ ਕੀਤੇ ਜਾਂਦੇ ਆ ਥੋੜ੍ਹੇ ਪੈਸਿਆਂ ਦੇ ਵਿੱਚ ਜ਼ਿਆਦਾ ਕੰਮ ਕਰਨੇ, ਜਿਹਨੂੰ ਮੈਂ ਕਹਿ ਸਕਦਾ ਕਿ ਸਾਡੇ 32 ਲੱਖ ਦਾ ਸੀਵਰੇਜ ਜਿਹੜਾ ਉਹ ਗ੍ਰਾਮ ਪੰਚਾਇਤ ਛੀਨਾ ਵੱਲੋਂ ਆਪਣੀ ਟੈਕਨੀਕ ਯੂਜ਼ ਕਰਕੇ 8.5 ਲੱਖ ਦੇ ਵਿੱਚ ਕੰਪਲੀਟ ਕੀਤਾ ਗਿਆ। ਇਹਦੇ ਨਾਲ ਨਾਲ ਹੀ ਜਿਹੜੇ ਸਾਡੇ ਪਿੰਡ ਦੀਆਂ ਸਟਰੀਟਸ ਆ, ਜਿਹੜਾ ਇੱਕ ਪਛੜਿਆ ਪਿੰਡ ਸੀ, ਬੇਸ਼ੱਕ ਇੱਥੇ ਇਨਫਰਾਸਟ੍ਰਕਚਰ ਜਿਹੜਾ ਹੈ ਸੀ, ਜਿਵੇਂ ਆਪਾਂ ਰੇਲਵੇ ਸਟੇਸ਼ਨ ਦੀ ਗੱਲ ਕਰ ਸਕਦੇ ਹਾਂ, ਇਲੈਕਟ੍ਰੀਸਿਟੀ ਦੀ ਗੱਲ ਕਰ ਸਕਦੇ ਹਾਂ, ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ, ਗਲੀਆਂ ਸਾਡੇ ਪਿੰਡ ਦੀ ਆ, ਸੀਵਰੇਜ ਆ, ਉਹਦੀ ਹਾਲਤ ਇੰਨੀ ਕੁ ਵਰਸ ਸੀ ਕਿ ਇੱਥੇ ਇੱਕ ਰਿਕਸ਼ੇ ਵਾਲਾ ਵੀ ਆ ਕੇ ਰਾਜੀ ਨਹੀਂ ਸੀ ਹੁੰਦਾ। ਸਾਡੇ ਪਿੰਡ ਦੇ ਵਿੱਚ ਇੱਕ ਆਮ ਕਹਾਵਤ ਹੁੰਦੀ ਸੀ ਕਿ ਜੇਕਰ ਕਿਸੇ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੋਏਗਾ ਅਤੇ ਜੇ ਉਹ ਮੇਨ ਸਟਰੀਟ ਦੇ ਵਿੱਚੋਂ ਆਏਗਾ ਤਾਂ ਇਹ ਸਾਡੇ ਪਿੰਡ ਦੇ ਵਿੱਚ ਨਹੀਂ ਕਰਕੇ ਜਾਏਗਾ। ਸੋ ਜਿਹੜਾ 32 ਲੱਖ ਦਾ ਸੀਵਰੇਜ ਆ ਉਹ 8.5 ਲੱਖ ਦੇ ਵਿੱਚ ਪਾ ਕੇ ਅਸੀਂ ਇੰਟਰਲੋਕਿੰਗ ਵਾਲੀਆਂ ਗਲੀਆਂ ਬਣਾਈਆਂ, ਹਰ ਗਲੀ ਦਾ ਨਾਮ ਰੱਖਿਆ, ਡਸਟਬਿਨ ਲਗਾਏ ਗਏ ਆ, ਆਲਣੇ ਲਗਾਏ ਗਏ ਆ, ਜਿਹੜੀ ਸਟਰੀਟ ਲਾਈਟ 11,000 ਦੀ ਲੱਗਦੀ ਆ ਉਹ 4,000 ਦੇ ਵਿੱਚ ਕੰਪਲੀਟ ਕੀਤੀ ਗਈ ਆ। ਸੋ ਇੱਦਾਂ ਦੇ ਜਿਹੜੇ ਥੋੜ੍ਹੇ ਪੈਸਿਆਂ ਦੇ ਵਿੱਚ ਜ਼ਿਆਦਾ ਕੰਮ ਕਰਕੇ ਸਾਡਾ ਪਿੰਡ ਜਿਹੜਾ ਉਹ ਆਲਰੇਡੀ ਨੈਸ਼ਨਲ ਲੈਵਲ 'ਤੇ ਪਹੁੰਚ ਚੁੱਕਾ ਸੀ, ਜਿਵੇਂ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਮਿਨਿਸਟਰੀ ਆਫ ਪੰਚਾਇਤੀ ਰਾਜ 'ਚ ਐਜ਼ ਅ ਡੈਲੀਗੇਟ ਮੈਨੂੰ ਬੁਲਾਇਆ ਜਾਂਦਾ ਸੀ, ਉੱਥੇ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਦਾ ਸੀ। ਤਾਂ ਦੀਨ ਦਿਆਲ ਉਪਾਧਿਆਏ PSP ਦੇ ਵਿੱਚ ਅਸੀਂ ਅਪਲਾਈ ਕੀਤਾ। ਇਹਦੇ ਵਿੱਚ ਇੱਕ ਖੁਸ਼ੀ ਦੀ ਗੱਲ ਆ ਨੈਸ਼ਨਲ ਅਵਾਰਡ ਦੇ ਨਾਲ ਨਾਲ ਹੀ ਕਿ ਸਾਡਾ ਪਿੰਡ ਜਿਹੜਾ ਉਹ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ। ਮਾਝੇ ਦੇ ਵਿੱਚ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਹੈ ਜਿਹਨੂੰ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ। ਸੋ ਇਹ ਇੱਕ ਮੇਰੇ ਪਿੰਡ ਦੀ ਕਹਿ ਸਕਦਾ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਇੱਕ ਸਨਮਾਨ ਮਿਲਿਆ। ਉਹਦੇ ਨਾਲ ਨਾਲ ਹੀ ਸਾਡੇ ਬਲਾਕ ਧਾਰੀਵਾਲ ਨੂੰ, ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਨਾਲ ਮਾਝੇ ਨੂੰ ਵੀ ਇੱਕ ਬਹੁਤ ਵੱਡਾ ਮਾਣ ਮਿਲਿਆ ਕਿ ਇੱਕ ਇਨਫਰਾਸਟ੍ਰਕਚਰ ਪੱਖੋਂ ਪਛੜਿਆ ਹੋਇਆ ਪਿੰਡ ਕੁਝ ਹੀ 2-3 ਸਾਲਾਂ ਦੇ ਵਿੱਚ ਇੰਨੀ ਤਰੱਕੀ ਕਰਕੇ ਨੈਸ਼ਨਲ ਅਵਾਰਡ ਪ੍ਰਾਪਤ ਕਰ ਲੈਂਦਾ। ਤਾਂ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ। ਇਹਦੇ ਵਿੱਚ ਫੰਡ ਦੇਖੋ ਜੀ, ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਾਨੂੰ ਸਰਕਾਰ ਵੱਲੋਂ ਉਹਨਾਂ ਪੈਸਾ ਨਹੀਂ ਮਿਲਿਆ ਜਿੰਨਾ ਕਿ ਸਾਨੂੰ ਮਿਲਣਾ ਚਾਹੀਦਾ ਸੀ। ਸਾਡੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਜਿੰਨੀ ਗ੍ਰਾਂਟ ਆਈ ਆ ਉਹਦੇ ਨਾਲੋਂ ਥੋੜ੍ਹੀ ਗ੍ਰਾਂਟ ਜਿਹੜੀ ਉਹ ਸਾਡੇ ਪਿੰਡ ਦੇ ਵਿੱਚ ਮੁਹੱਈਆ ਕਰਵਾਈ ਗਈ ਆ। ਬਟ ਕਹਿ ਸਕਦਾ ਕਿ ਇਹਦੇ ਵਿੱਚ ਮੇਰੇ ਇਕੱਲੇ ਦਾ ਯੋਗਦਾਨ ਨਹੀਂ ਆ, ਮੇਰੇ ਪੂਰੇ ਜਿਹੜੇ ਜੰਗਸਟਰਸ ਆ ਉਹਨਾਂ ਦਾ ਯੋਗਦਾਨ ਆ, ਸਾਡੇ ਸਮਾਜ ਸੇਵੀ ਆ ਕੁਲਵੰਤ ਸਿੰਘ, ਰਣਜੀਤ ਸਿੰਘ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਹਰਿਆਲੀ ਪੱਖੋਂ ਉਹਨਾਂ ਨੇ ਸਾਡੇ ਪਿੰਡ ਨੂੰ ਇੱਕ ਨਵੀਂ ਦਿੱਖ ਦਿੱਤੀ ਆ। ਡਿਵੈਲਪਮੈਂਟ ਪੱਖੋਂ ਸਾਡੀ ਯੰਗ ਟੀਮ ਆ, ਉਹਨਾਂ ਨੇ ਕੰਮ ਕੀਤਾ, ਜਿਹੜਾ ਕੰਮ ਦੇ ਵਿੱਚ ਪੈਸੇ ਬਚ ਸਕਦੇ ਆ ਉਹ ਨੌਜਵਾਨਾਂ ਨੇ ਹੱਥੀਂ ਕੰਮ ਕੀਤਾ। ਅਸੀਂ ਖੁਦ ਵੀ ਹੱਥੀਂ ਕੰਮ ਕਰਦੇ ਹਾਂ, ਰੇਡੀਅਮ ਪੇਂਟ ਅਸੀਂ ਸਾਰੇ ਪਿੰਡ ਦੇ ਵਿੱਚ ਆਪਣੇ ਹੱਥੀਂ ਕੀਤਾ, ਆਲਣੇ ਅਸੀਂ ਹੱਥੀਂ ਲਗਾਏ ਆ, ਡਸਟਬਿਨ ਹੱਥੀਂ ਲਗਾਏ ਆ, ਸਟਰੀਟ ਲਾਈਟਸ ਆਪਣੇ ਹੱਥੀਂ ਲਗਾਈਆਂ ਨੇ। ਸੋ ਜਿਹੜਾ ਇਹ ਵਾਲੇ ਸਾਰੇ ਕੰਮ ਆ, ਦੇਖੋ ਜੀ ਇੱਕ ਲਗਨ ਹੋਣੀ ਚਾਹੀਦੀ ਆ, ਜਦੋਂ ਤੱਕ ਤੁਹਾਡੇ 'ਚ ਲਗਨ ਨਹੀਂ ਆ, ਡੈਡੀਕੇਸ਼ਨ ਨਹੀਂ ਆ, ਉਦੋਂ ਤੱਕ ਕੁਝ ਵੀ ਪੋਸੀਬਲ ਨਹੀਂ ਆ। ਦੇਖੋ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਆ ਕਿ ਸਾਡੇ ਸਰਪੰਚ ਸਾਹਿਬ ਨੌਜਵਾਨ ਸਰਪੰਚ ਨੇ
ਸੋ ਅੱਜ ਕੱਲ੍ਹ ਕੁਛ ਨੌਜਵਾਨ ਸਰਪੰਚ ਹੋ ਗਿਆ, ਸਾਡੇ ਵਰਗੇ ਨੌਜਵਾਨ ਵੀ ਇਨਕਰੇਜ ਹੁੰਦੇ ਆ ਨਾਲ ਸਾਥ ਦੇਣ ਵਾਸਤੇ। ਉਸ ਤੋਂ ਦੂਜੀ ਵੱਡੀ ਗੱਲ ਇਹ ਹੈ ਕਿ ਇਮਾਨਦਾਰੀ ਪੱਖੋਂ ਵੀ ਵਧੀਆ ਨੇ, ਇੱਕ ਕੰਮ ਕਰਨ ਦੀ ਲਗਨ ਹੈਗੀ ਆ ਉਹਨਾਂ ਦੇ ਵਿੱਚ। ਸੋ ਉਹਨਾਂ ਨੇ ਜਿਹੜਾ ਸੀਵਰੇਜ ਸਾਡੇ ਪਾਇਆ 32 ਲੱਖ ਦਾ ਐਸਟੀਮੇਟ ਸੀ ਸੀਵਰੇਜ ਦਾ, ਉਹ 8 ਲੱਖ ਰੁਪਏ ਦੇ ਵਿੱਚ ਪਾਇਆ। ਹੋਰ ਲਾਈਟਾਂ ਜਿਹੜੀਆਂ 18-18 ਹਜ਼ਾਰ ਦੀ, 15-15 ਹਜ਼ਾਰ ਦੀ ਲਾਈਟ ਸੀ, ਉਹ 3-4 ਹਜ਼ਾਰ ਦੇ ਵਿੱਚ ਲਗਾ ਕੇ ਪਿੰਡ ਨੂੰ ਮਤਲਬ ਕਿ ਵਧੀਆ ਦਿੱਖ ਦਿੱਤੀ, ਇੱਕ ਸੋਹਣਾ ਸੁੰਦਰ ਪਿੰਡ ਬਣਾਇਆ। ਜੋ ਸ਼ਹਿਰਾਂ ਦੇ ਵਿੱਚ ਸਹੂਲਤਾਂ ਹੁੰਦੀਆਂ ਨੇ ਸਾਰਾ ਕੁਛ ਮਤਲਬ ਕਿ ਪਿੰਡ ਦੇ ਵਿੱਚ ਮੁਹੱਈਆ ਕਰਾਇਆ। ਪੰਚ ਸਾਹਿਬ ਨੇ ਸਭ ਤੋਂ ਪਹਿਲਾਂ ਜਦੋਂ ਸਰਪੰਚੀ ਸ਼ੁਰੂ ਕੀਤੀ ਤਾਂ ਤਨ ਮਨ ਧਨ ਨਾਲ ਉਹਨਾਂ ਮਿਹਨਤ ਆਪਣੀ ਸ਼ੁਰੂ ਕੀਤੀ। ਸਭ ਤੋਂ ਵੱਡੀ ਜਿਹੜੀ ਮੇਨ ਪਿੰਡ ਦੀ ਪ੍ਰੋਬਲਮ ਸੀ ਗੰਦੇ ਪਾਣੀ ਦੀ, ਉਹ ਉਹਨਾਂ ਨੇ ਸੀਵਰੇਜ ਜੋ ਵੀ ਜਿਹਦੀ ਐਸਟੀਮੇਟ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ, ਉਹਨੂੰ ਬਹੁਤ ਘੱਟ ਪੈਸਿਆਂ 'ਚ ਪਾ ਕੇ ਪੈਸਿਆਂ ਦੀ ਸੇਵਿੰਗ ਕੀਤੀ ਅਤੇ ਪਿੰਡ ਨੂੰ ਜਿਹੜੀ ਆ ਮੇਨ ਜਿਹੜਾ ਵਾ ਬਿਮਾਰੀਆਂ ਤੋਂ ਬਚਾਇਆ, ਸੀਵਰੇਜ ਉਹਨਾਂ ਨੇ ਪਾਇਆ ਅਤੇ ਗੰਦੇ ਪਾਣੀ ਦਾ ਨਿਕਾਸ ਕੀਤਾ। ਬਾਕੀ ਹੋਰ ਵੀ ਜਿਵੇਂ ਸਵੱਛ ਭਾਰਤ 'ਚ ਵੀ ਸਾਡੇ ਪਿੰਡ ਨੂੰ ਪਹਿਲਾਂ ਕਾਫੀ ਇਨਾਮ ਮਿਲ ਚੁੱਕੇ ਨੇ ਅਤੇ ਹੋਰ ਵੀ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਅੱਜ ਜਿਹੜਾ ਵਾ ਨੈਸ਼ਨਲ ਅਵਾਰਡ ਮਿਲਿਆ ਪਿੰਡ ਵਾਸੀਆਂ 'ਚ, ਬਹੁਤ ਖੁਸ਼ੀ ਪਾਈ ਆ ਰਹੀ ਹੈ ਅਤੇ ਸਾਰੇ ਪਿੰਡ ਦਾ ਇਹ ਸੁਪਨਾ ਸੀ ਕਿ ਸਾਡਾ ਪਿੰਡ ਨੈਸ਼ਨਲ ਲੈਵਲ 'ਤੇ ਆਏ ਅਤੇ ਉਹ ਅੱਜ ਸਾਕਾਰ ਹੋ ਗਿਆ ਹੈ ਸਾਰਿਆਂ ਦਾ।